जम्मू कश्मीर के पुंछ दे विखे शहीद होने वाले तीन पंजाबी जवान नौजवानों के बीचों एक जवान नूरपुर बेदी के पिंड पचरंडिया का भी सी जिसका फरवरी महीने विआह होया सी जिसने किसानी झंडा हथ च फड़ के अते किसान ट्रैक्टर के उत्ते अपनी जो बरात सी ओह कढ़ी सी पर इस समय असी इस वक्त खड़े हाँ भावें कि रिपोर्टिंग करनी साढ़े लिए भी बड़ी मुश्किल है। चूड़ा पाया होया उन्हां दी वाइफ ने वो फिर भी बोलती है कि भावें कुछ भी हो जाए असी विशेष तौर पर गल की है दैनिक सवेरा दे नाल उन्होंने भी मैं भी नाल ही जावांगी जो मेरी हिम्मत सी वह गज्जन सिंह ही सी होर नहीं भावें कि 8 महीने का एक करीब समा सी जदों उन्होंने ब्याह नूं होया सी पर अज फिर कितना ना कि उन्हां दी जो हालत ने वह बड़ी नाजुक हो चुकी है। बिल्कुल होनी भी बनती है जवान दिलला सिर दा साईं चला जाता है फिर रहना कितने ना कि औखा हो जाता भावें कि पहाड़ टुटिया है फिर भी उसकी पत्नी हरप्रीत कौर नूं अपने सिर दे साईं गज्जन सिंह दी शहादत ते फकर है। तो सवेरे 3-4 बजे हुई सी ते रात नूं भी हुई सी गल थोड़ी जिही कहिंदे मैं सवेरे फोन करांगा मैं रोटी बनाउणी सी ओह कहिंदे कि सवेरे तुहानूं फोन करांगा मैं ते सवेर दा उदों मैं मैसेज मूसेज कीता मैं कीते नूं मैं कहा चल एक दिन नहीं कर दिता अगले दिन तां करांगे जरूर फिर मैं कल सवेरे उहनां नूं मैसेज कीते सीगे 6 बजे ਅਤੇ ਉਹਨੇ 12 ਵਜੇ ਤੋਂ ਬਾਅਦ ਫਿਰ ਕੀਤੇ ਫਿਰ ਉਹਨਾਂ ਦੇ ਦੋਨਾਂ ਫੋਨਾਂ 'ਤੇ ਮੈਂ ਮੈਸੇਜ ਕੀਤੇ ਕੋਈ ਮੈਸੇਜ ਰਿਪਲਾਈ ਨਹੀਂ ਆਇਆ ਫੋਨ ਕੀਤੇ ਦੋਨੇ ਫੋਨ ਸਵਿੱਚ ਆਫ ਸੀਗੇ ਕੱਲ੍ਹ ਦੀ ਗੱਲ ਹੈ ਹਾਂਜੀ ਅੱਛਾ ਹਾਂਜੀ ਹਰਪ੍ਰੀਤ ਨੇ 10 ਦਿਨ ਦੀ ਛੁੱਟੀ ਲਈ ਉਹਨਾਂ ਨੇ ਆਉਣਾ ਸੀ ਹਾਂਜੀ ਤੁਸੀਂ ਕੁਝ ਤਿਆਰੀਆਂ ਵੀ ਕੀਤੀਆਂ ਹੋਣੇ ਆਉਣਾ ਜਾਣਾ ਹਾਂਜੀ ਜੁੱਤੀ ਲੈ ਕੇ ਗਏ ਸੀਗੇ ਜੁੱਤੀ ਰੱਖ ਕੇ ਗਏ ਆਪਣੇ ਉੱਥੇ ਬੂਟ ਵੀ ਲਏ ਸੀਗੇ ਉੱਥੇ ਆਪਦੇ ਕੱਪੜੇ ਵੀ ਲੈ ਕੇ ਰੱਖੇ ਸੀਗੇ ਕਿ ਵਿਆਹ ਨੂੰ ਆਉਣਾ ਮੈਨੂੰ ਨਹੀਂ ਸੀ ਪਤਾ ਇੱਦਾਂ ਹੋਣਾ ਮੈਨੂੰ ਇੱਦਾਂ ਦਾ ਪਤਾ ਨਹੀਂ ਸੀਗਾ ਕਿ ਮੈਂ ਪਹਿਲਾਂ ਛੁੱਟੀ ਮੰਗਾ ਲੈਂਦੀ 5 ਤਰੀਕ ਦੇ ਬਾਹਰ ਸੀਗੇ ਮੈਨੂੰ ਦੱਸਦੇ ਸੀਗੇ ਫੋਨ ਘੱਟ ਵੱਧਦੇ ਹੀ ਆਉਂਦਾ ਸੀਗਾ ਉਹਨਾਂ ਦਾ ਜਦੋਂ ਕੋਈ ਰੇਂਜ ਹੋਵੇ ਤਦੇ ਫੋਨ ਕਰਦੇ ਅਦਰਵਾਈਜ਼ ਕਰਦੇ ਨਹੀਂ ਸੀਗੇ ਮੈਨੂੰ ਮਾਣ ਹੈ ਇਸ ਚੀਜ਼ ਦਾ ਮੈਨੂੰ ਕਹਿੰਦੇ ਸੀਗੇ ਕਿ ਮੇਰੀ ਜਿਹੜੀ ਜਿੰਦ ਹੈ ਸ਼ਹਾਦਤਾਂ ਦੇ ਲੇਖੇ ਲੱਗੇ ਮੈਂ ਉਹਨਾਂ ਨੂੰ ਕਈ ਵਾਰ ਮੈਂ ਕਿਹਾ ਨਹੀਂ ਇੰਝ ਨਹੀਂ ਆਪਾਂ ਪੋਸਟਿੰਗ ਚੇਂਜ ਕਰਵਾ ਲੈਣੀ ਕਹਿੰਦੇ ਨਹੀਂ ਮੈਂ ਕਹਿੰਦਾ ਇਸ ਦੇਸ਼ ਦੀ ਖਾਤਰ ਲੜਦਾ ਮੈਨੂੰ ਇਸ ਚੀਜ਼ ਪਰ ਮਾਣ ਹੋਊਗਾ ਪਰ ਮੈਨੂੰ ਨਹੀਂ ਸੀ ਪਤਾ ਇੰਝ ਮੈਨੂੰ ਛੱਡ ਕੇ ਚੱਲਣਾ ਛੁੱਟੀ ਆਉਣਾ ਸੀ ਨਹੀਂ ਕੋਈ ਵੀ ਕੰਮ ਹੋਵੇ ਤਿੰਨਾਂ ਭੂਆ ਫੁੱਫੜ ਉੱਥੇ ਮੇਰੇ ਪੇਕੇ ਵੀ ਸਾਰੇ ਆਪ ਮੇਰੇ ਭਰਾ ਦਾ ਰਿਸ਼ਤਾ ਆਪ ਕਰਵਾ ਕੇ ਗਏ ਸੀਗੇ ਤੇ ਚਾਹ ਸੀਗਾ ਮੈਂ ਤਾਂ ਸਰਕਾਰ ਨੂੰ ਇਹ ਅਪੀਲ ਕਰਦੀ ਕਿ ਜੇ ਕਸ਼ਮੀਰ ਚਾਹੁੰਦੀ ਹੈ ਵੰਡਣਾ ਤਾਂ ਦੇ ਦਿਓ ਕਿਉਂ ਪੁੱਤ ਲੋਕਾਂ ਦੇ ਮਰਵਾਉਂਦੇ ਪਏ ਕਿਉਂ ਮਰਵਾਉਂਦੇ ਪਏ ਤੁਸੀਂ ਪੁੱਤ ਜੇ ਆਪ ਤਾਂ ਕੁਰਸੀਆਂ 'ਤੇ ਬੈਠੇ ਆ ਨਾ ਤੁਸੀਂ ਆਪ ਤਾਂ ਆਪਦੇ ਪੁੱਤਾਂ ਨੂੰ ਜਾਬ ਡਿਊਟੀ ਦੇਖੋ ਉਹਨਾਂ ਨੂੰ ਕਿਉਂ ਹੈ ਮਾੜੀ ਮੋਟੀ ਤਾਂ ਉਹਨਾਂ ਨੂੰ ਦੇਖਣਾ ਚਾਹੀਦਾ ਹੈਗਾ ਕਿ ਕਿਸੇ ਮਾਂ ਦੇ ਪੁੱਤ ਹੈ ਰੋਜ਼ ਦੇ ਰੋਜ਼ ਸ਼ਹੀਦ ਹੁੰਦੇ ਹੈਗੇ ਥੋੜ੍ਹੇ ਦਿਨ ਪਿਛਲੀ ਛੁੱਟੀ ਆਏ ਸੀਗੇ 5 ਬੰਦੇ ਤਦ ਸ਼ਹੀਦ ਹੋਏ ਸੀਗੇ ਹੁਣ ਫਿਰ 5 ਸ਼ਹੀਦ ਹੋ ਗਏ ਪਰ ਸਰਕਾਰਾਂ ਨਹੀਂ ਸੁਣਦੀਆਂ ਉਹਨਾਂ ਨੂੰ ਆਪਣੀ ਕੁਰਸੀ ਦਾ ਹੀ ਮਤਲਬ ਹੈ ਹੋਰ ਕਿਸੇ ਨਾਲ ਮਤਲਬ ਨਹੀਂ ਹੈਗਾ ਕਹਿੰਦੇ ਆ ਜੋ ਲੋਕਾਂ ਦਾ ਕਹਿਣਾ ਹੈ ਖੈਰ ਸਾਡਾ ਵੀ ਹੁਣ ਹਰਪ੍ਰੀਤ ਨੂੰ ਪੁੱਤ ਬਣ ਕੇ ਇਸ ਪਰਿਵਾਰ ਦਾ ਸਹਾਰਾ ਬਣਨਾ ਪੈਣਾ ਮੇਰੇ ਚੋਵੀ ਹੁਣ ਤਾਂ ਹਿੰਮਤ ਹੈ ਹੀ ਨਹੀਂ ਮੇਰੀ ਹਿੰਮਤ ਤਾਂ ਗੱਜਣ ਸਿੰਘ ਸੀ ਉਹ ਤਾਂ ਟੁੱਟ ਗਈ ਮੇਰੀ ਹਿੰਮਤ ਮੈਂ ਤਾਂ ਉਹਨਾਂ ਦੇ ਨਾਲੇ ਮਰਨਾ ਬਸ ਮੇਰੇ ਤੋਂ ਨਹੀਂ ਹਿੰਮਤ ਹੈਗੀ ਕਿ ਮੈਂ ਕੁਛ ਕਰ ਸਕਾਂ ਪਿਆਰ ਪਰਿਵਾਰ ਨੂੰ ਸੰਭਾਲ ਸਕਾਂ ਮੇਰੇ 'ਚ ਕੋਈ ਹਿੰਮਤ ਨਹੀਂ ਹੈਗੀ ਕੈਮਰਾਮੈਨ ਬਲਬੀਰ ਖਾਨ ਦੇ ਨਾਲ ਬਿਮਲ ਸੈਣੀ ਦੈਨਿਕ ਸਵੇਰਾ ਟੀਵੀ ਸ਼੍ਰੀ ਅਨੰਦਪੁਰ ਸਾਹਿਬ ਅਲੀਸ਼ਾ ਬੇਗਮ ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਣ ਦੁਨੀਆਂ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਪਰੇਸ਼ਾਨੀ ਜਿਵੇਂ ਲਵ ਮੈਰਿਜ ਪਤੀ ਪਤਨੀ 'ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਬੁਰੇ ਸੁਪਨੇ ਵਿਦੇਸ਼ ਯਾਤਰਾ ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ ਬਿਮਾਰੀ 'ਚ ਦਵਾ ਨਾ ਲੱਗਣਾ ਵਸ਼ੀਕਰਨ ਇੱਕ ਸੱਚਾਈ ਹੈ ਵਸ਼ੀਕਰਨ ਕਰਵਾਓ ਮਨ ਚਾਹ ਪਿਆਰ ਪਾਓ ਕੀ ਤੁਹਾਡੀ ਕਿਸਮਤ 'ਚ ਲਾਟਰੀ ਦਾ ਯੋਗ ਹੈ ਜਾਂ ਨਹੀਂ ਸੱਚਾਈ ਜਾਣੋ ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋ ਮੈਕਸ 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਰੰਟੀ
ਸੀ ਜਾਂ ਕਹਿਣੇ ਤੋਂ ਬਾਹਰ ਹੈ ਤੁਰੰਤ ਸੰਪਰਕ ਕਰੋ ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ ਅਲੀਸ਼ਾ ਬੇਗਮ ਵਰਲਡ ਫੇਮਸ ਬਾਬਾ ਸਲੀਮ ਖਾਨ ਇੱਕੀ ਵਾਰ ਗੋਲਡ ਮੈਡਲਿਸਟ ਸਾਰੀਆਂ ਥਾਵਾਂ ਤੋਂ ਨਿਰਾਸ਼ ਅਤੇ ਮਾਯੂਸ ਹੋਣ ਵਾਲੇ ਇੱਕ ਵਾਰ ਫੋਨ ਜ਼ਰੂਰ ਕਰੋ ਜਿਵੇਂ ਚਾਹੋਗੇ ਉਵੇਂ ਹੋਏਗਾ ਇਟਸ ਮਾਈ ਪ੍ਰੋਮਿਸ ਇਮੀਡੀਏਟਲੀ ਰਿਜ਼ਲਟ ਓਪਨ ਚੈਲੰਜ ਇਲਮਾਂ ਦੇ ਮਾਹਿਰ ਏ ਟੂ ਜ਼ੈਡ ਸਮੱਸਿਆਵਾਂ ਦਾ ਫੋਨ ਤੇ ਘਰ ਬੈਠੇ ਕਰਵਾਓ ਹੱਲ ਵਸ਼ੀਕਰਨ ਅਤੇ ਮੁਠਕਰਨੀ ਲਵ ਮੈਰਿਜ ਸੌਤਨ ਅਤੇ ਦੁਸ਼ਮਣ ਤੋਂ ਛੁਟਕਾਰਾ ਪੱਕਾ ਕੰਮ ਪੱਕਾ ਹੱਲ 101% ਦੀ ਗਰੰਟੀ ਅਸ਼ਟਾਮ ਪੇਪਰ ਸਮੇਤ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ ਨੌਕਰੀ ਪ੍ਰਮੋਸ਼ਨ ਕਾਰੋਬਾਰ 'ਚ ਪਰੇਸ਼ਾਨੀ ਘਰ 'ਚ ਝਗੜਾ ਕੋਰਟ ਕੇਸ ਤਲਾਕ ਪ੍ਰਾਪਰਟੀ ਝਗੜਾ ਪਤੀ ਪਤਨੀ ਚੰਨਪਨ ਜਾਦੂ ਟੋਨਾ ਮਨਮੋਹਣੀ ਵਸ਼ੀਕਰਨ ਕਰਵਾਓ ਜਾਂ ਤੁੜਵਾਓ ਰੁੱਸੇ ਨੂੰ ਮਨਾਉਣਾ ਹੁਣੇ ਕਾਲ ਕਰੋ ਬਾਬਾ ਸਲੀਮ ਖਾਨ 98 199 37 467